ਅੱਜ ਦੇਰ ਸ਼ਾਮ ਮੋਟਰਸਾਈਕਲ ਸਵਾਰ ਅਗਿਆਤ ਵਿਅਕਤੀਆਂ ਵੱਲੋਂ ਪਿਓ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰੀ ਲਾਲ ਆਪਣੇ ਪੁੱਤਰ ਅਮਰਜੀਤ ਲਾਲ ਅਤੇ ਪੋਤਿਆਂ ਦੇ ਨਾਲ ਆਪਣੇ ਨਵਜਨਮੇ ਛੋਟੇ ਪੁੱਤਰ ਦੇ ਬੇਟੇ ਨੂੰ ਦੇਖਣ ਦੇ ਲਈ ਚੱਕੋਵਾਲ ਬਾਹਮਣਾ ਹਸਪਤਾਲ ਵਿਖੇ ਗਏ ਸਨ। ਜਦੋਂ ਉਹ ਦੇਖ ਕੇ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਕੁਝ ਅਗਿਆਤ ਮੋਟਰਸਾਈਕਲ ਸਵਾਰਾਂ ਵੱਲੋਂ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। DSP ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਸ਼ਮੀਰੀ ਲਾਲ ਦੇ ਪਰਿਵਾਰ ਨਾਲ ਪਹਿਲਾਂ ਵੀ ਕਿਸੇ ਦੀ ਰੰਜਿਸ਼ ਚੱਲਦੀ ਆ ਰਹੀ ਹੈ। ਭਾਈ ਆਈ ਹਸਪੀਟਲ ਮੇਰੇ ਬੱਚਾ ਹੋਇਆ ਸੀਗਾ ਜੀ, ਅਸੀਂ ਉੱਥੇ ਗਏ ਸੀਗੇ ਤੇ ਵਾਪਸ ਘਰ ਚੱਲੇ ਸੀਗੇ। ਭਰਾ ਗੱਡੀ ਚਲਾਉਣ ਡਿਆ ਸੀ ਤੇ ਵਾਪਸ ਮੇਰੇ ਫਾਦਰ ਸਾਹਿਬ ਸਾਈਡ ਤੇ ਬੈਠੇ ਸੀਗੇ, ਮੈਂ ਪਿੱਛੇ ਸੀਗਾ ਹਸਪੀਟਲ ਦੇ ਅੰਦਰ ਸੀਗਾ ਤੇ ਉਹਨਾਂ ਨੇ ਆਉਂਦੇ ਗੋਲੀਆਂ ਚਲਾਉਣੀਆਂ ਆਲੇ ਦੁਆਲੇ ਦੋ ਮੋਟਰਸਾਈਕਲ ਤੇ ਸੀਗੇ, ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਗੋਲੀਆਂ ਮਾਰੀਆਂ ਮੇਰੇ ਫਾਦਰ ਤੇ ਮੇਰੇ ਬ੍ਰਦਰ ਤੇ। ਦੂਜੀ ਵਾਰ ਗੋਲੀਆਂ ਚਲਾਉਣ ਆ ਗਏ, ਪਹਿਲਾਂ ਵੀ ਗੋਲੀਆਂ ਉਹਨੇ ਚਲਾਉਣ ਆ ਗਏ, ਉਦੋਂ ਅਸੀਂ ਬਚਾ ਹੋਏ ਤੇ ਡੈਡੀ ਤੇ ਸਕੈਨ ਕਰਾਉਣ ਰਾਜ ਦੇ ਤੁਰੇ ਹੋ ਸੀ ਪਥਰੀ ਸੇ ਡੈਡੀ ਦੇ, ਉਦੋਂ ਵੀ ਉਹਨਾਂ ਦਾ ਬਚਾ ਹੋਇਆ ਮਸੀ, ਗੱਡੀ ਗੁੱਡੀ ਚ ਗੋਲੀਆਂ ਲੱਗੀਆਂ ਉਦੋਂ ਵੀ। ਕਸ਼ਮੀਰੀ ਲਾਲ ਜੀ ਪ੍ਰਸ਼ਾਸਨ ਕੋਲ ਮੰਗ ਕੀ ਕਰਨੀ, ਮੰਗ ਕੀ ਕਰਨੀ ਆ, ਫੜੋ। ਮੈਂ ਓਨਾ ਚਿਰ ਮੈਂ ਦਾਗ ਨੀ ਲਾਉਣ ਦੇਣਾ, ਸੰਸਕਾਰ ਨੀ ਕਰਨਾ ਜਿੰਨਾ ਚਿਰ ਨਰਸੀ ਬਣਾ ਬਣੂਗਾ ਮੇਰੇ ਸਾਥ, ਮੇਰਾ ਇਹ ਕੁਛ ਆ ਬਸ। ਚੱਕੋਵਾਲ ਬ੍ਰਾਹਮਣਾ ਪਿੰਡ ਸਾਡੇ ਬੱਲੋਵਾਲ ਥਾਣੇ ਦਾ ਪਿੰਡ ਹੈਗਾ, ਚੱਕੋਵਾਲ ਬ੍ਰਾਹਮਣਾ ਬੱਲੋਵਾਲ ਥਾਣੇ ਦੇ ਵਿੱਚ ਪਿੰਡ ਹੈਗਾ ਜਿੱਥੇ ਗੋਲੀਕਾਂਡ ਹੋਇਆ ਤੇ ਅਮਰਜੀਤ ਉਹਦੇ ਫਾਦਰ ਸਾਹਿਬ ਜਿਹੜੇ ਉਹਨਾਂ ਦਾ ਸੀਗੇ, ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹ ਹੋਸਪਿਟਲ ਐਡਮਿਟ ਸੀ, ਜਿਨ੍ਹਾਂ ਦੀ ਖਬਰ ਲੈਣ ਵਾਸਤੇ ਉਹ ਗਏ ਹੋਏ ਸੀਗੇ ਤੇ ਜਿਹੜੇ ਦੋ ਜਿਹੜੇ ਨੌਜਵਾਨ ਹੈਗੇ ਸੀਗੇ ਮੋਟਰਸਾਈਕਲ 'ਤੇ ਆਏ ਨੇ, ਉਹਨਾਂ ਨੇ ਉਹਨਾਂ ਨੂੰ ਨੋਵਾ ਗੱਡੀ 'ਚ ਬੈਠੇ ਹੋਏ ਉਹਨਾਂ 'ਤੇ ਫਾਇਰ ਕਰਤਾ। ਹਾਂਜੀ ਹਾਂਜੀ ਸਰ, ਕਿੰਨੀਆਂ ਗੋਲੀਆਂ ਲੱਗੀਆਂ ਦੋਹਾਂ? ਸਾਨੂੰ ਮੌਕੇ ਤੋਂ 6 ਜਿਹੜੇ ਹੈਗੇ ਆ ਖੋਲ ਬਰਾਮਦ ਹੋਏ ਨੇ। ਬੱਚਿਆਂ ਦੇ ਥੋੜ੍ਹੀ ਇੰਜਰੀ ਹੋਈ ਆ, ਇੰਜਰੀ ਹੋਈ ਆ, ਉਹਨਾਂ ਨੂੰ ਵੀ ਹੋਸਪਿਟਲ ਐਡਮਿਟ ਕਰਾਇਆ ਹੋਇਆ। ਕਿੰਨੇ ਜਾਣੇ ਸੀਗੇ ਵਾਰਦਾਤ ਦੇ ਮੌਕੇ ਤੇ? ਵਾਰਦਾਤ ਦੇ ਮੌਕੇ ਦੇ ਹਾਲ ਦੀ ਘੜੀ ਤਾਂ ਇਹੀ ਦੱਸਿਆ ਵੀ 2 ਜਾਣੇ ਮੋਟਰਸਾਈਕਲ ਤੇ ਸਵਾਰ ਸੀ, ਬਾਕੀ ਡੰਗਾਈ ਨਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਸਰ ਕੋਈ ਸੀਸੀਟੀਵੀ ਕਰਨ ਕੋਲ? ਸੀਸੀਟੀਵੀ ਫੁਟੇਜ ਚੈੱਕ ਕਰਦੇ ਆ ਅਸੀਂ ਤਾਂ ਹੁਣ ਹਾਲ ਦੀ ਘੜੀ ਹਸਪੀਟਲ ਆਏ ਹਾਂ। ਸਰ ਕੀ ਆ ਸਾਹਮਣੇ? ਪੁਰਾਣੀ ਇਹਨਾਂ ਦੋਨਾਂ ਤਰ੍ਹਾਂ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਹੈਗੀ ਆ, ਪੁਰਾਣੀ ਰੰਜਿਸ਼ ਦੇ ਚੱਲਦੇ ਇਹਨਾਂ ਦਾ ਅੱਗੇ ਹੈਗੇ ਤਾਂ ਕਰਕੇ ਇਹਨਾਂ ਨੇ ਗੋਲੀ ਚਲਾਈ ਹੈਗੀ। ਸਰ ਕੀ ਕਾਰਵਾਈ ਕੀ ਕਰ ਰਹੇ? ਕਾਰਵਾਈ ਇਹ ਜਿਹੜੀ ਹੈਗਾ ਕੇਸ ਰਜਿਸਟਰ ਕਰ ਰਹੇ ਜੀ। ਸਰ ਇਸ ਵਾਰਦਾਤ ਦੇ ਵਿੱਚ ਡੈਥ ਕਿੰਨੀਆਂ ਹੋਈਆਂ? 2 ਡੈਥ ਹੋਈਆਂ ਜੀ, 2 ਬੱਚੇ ਦੇ ਤੇ ਬੱਚੇ ਠੀਕ ਨੇ? 2 ਬੱਚੇ ਜਿਹੜੇ ਉਹ ਇੰਜਰਡ ਹੋਏ ਆ। ਸਰ ਇੱਕੋ ਹੀ ਫੈਮਿਲੀ ਦੇ ਨੇ ਸਾਰੇ? ਹਾਂਜੀ ਇੱਕੋ ਹੀ ਫੈਮਿਲੀ ਦੇ ਜੀ। ਸਰ ਵਿਅਕਤੀ ਦੀ ਡੈਥ ਹੋਈ ਆ, ਕੋਈ ਨਿਊਜ਼ ਚੈਨਲ ਚਲਾ ਰਿਹਾ ਕਿ ਉਹ ਸਰਪੰਚ ਹੀ ਸੀਗਾ, ਕੋਈ ਇਦਾਂ ਦਾ ਵੀ ਮਾਮਲਾ? ਨਹੀਂ 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 ਇਹਦਾ ਨਾ ਕੋਈ ਇਹੋ ਜਿਹਾ ਕੋਈ ਇਹੋ ਜਿਹਾ ਮਸਲਾ ਕੋਈ ਨਹੀਂ ਹੈਗਾ, ਕੋਈ ਸਰਪੰਚੀ ਦੇ ਨਾਲ ਲੈ ਕੇ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ। ਇਹ ਤਾਂ ਸਿਰਫ ਮਤਲਬ ਆਪਸ ਵਿੱਚ ਇਹਨਾਂ ਦੀ ਪੁਰਾਣੀ ਰੰਜਿਸ਼ ਦਾ ਮਸਲਾ ਹੈਗਾ ਦੋਨਾਂ ਤਰ੍ਹਾਂ ਦਾ। ਉਹਨਾਂ ਦੇ ਹੁਣ ਚੈੱਕ ਕਰਕੇ ਤੁਹਾਨੂੰ ਦੱਸਦਾ, ਉਹ ਹੈ ਤਾਂ ਉਹ ਕ੍ਰਿਮੀਨਲ ਹੀ ਆ ਬੈਕਗ੍ਰਾਉਂਡ ਉਹਨਾਂ ਦੀ। ਸਰ ਇਹਨਾਂ ਦੇ ਵਿੱਚ ਪਹਿਲਾਂ ਵੀ ਕੋਈ ਗੋਲੀਆਂ ਵਗੈਰਾ ਚੱਲੀਆਂ ਜਿਵੇਂ ਕਿ ਦੱਸ ਰਹੇ ਕਿ 3 ਸਾਲ ਕਿ 2-3 ਸਾਲ ਪਹਿਲਾਂ ਕੋਈ? ਹਾਂਜੀ ਪਹਿਲਾਂ 3-4 ਸਾਲ ਪਹਿਲਾਂ ਕੋਈ ਕੇਸ ਜਿਹੜਾ ਹੋਇਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।